ਤੋਕੜ ਕੱਢਣਾ ਇਹ 3 ਮਹੀਨਿਆਂ ਦੀ ਚੈੱਕ ਪਾਸ ਆ ਗਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਆ ਦਿਓ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਵੀ ਸੋਹਣਾ ਦਿਖਾਉਂਦੀ ਹੈਗੀ ਇਹ ਦੋਸਤੋ ਕੱਟੀ ਆ ਨਾਲ ਕੱਟੀ ਵੀ ਸੋਹਣੀ ਹੈਗੀ ਤੇ ਬਾਕੀ ਸੇਵਾ ਦੇ ਨਾਲ ਤੇ ਕੱਟੀ ਵਧੀਆ ਬਣ ਜੂਗੀ ਤੇ ਥਣ ਥੁਣ ਵੀ ਵਧੀਆ ਵਿੱਚੀ ਤੇ ਹੈਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚੇ ਆਪਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਹੈਗੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਤੇ ਕਰੈਕਟਰ ਪੂਰੇ ਕਰਦੀ ਹੈਗੀ ਤੇ ਮੱਥੇ ਦੇ ਵਿੱਚ ਵੀ ਫੁੱਲ ਹੈਗਾ ਗਾ ਪੂਛ ਜ਼ਿਆਦਾ ਚਿੱਟੀ ਹੈਗੀ ਤੇ ਬਾਕੀ ਪੈਰਾਂ 'ਤੇ ਵੀ ਨਿਸ਼ਾਨ ਹੈਗੇ ਆ ਤੇ ਅੱਖਾਂ ਦੇ ਵਿੱਚ ਵੀ ਜਵਾਬ ਹੈਗਾ ਗਾ ਤੋਕੜ ਕੱਢਣਾ ਇਹ 3 ਮਹੀਨਿਆਂ ਦੀ ਚੈੱਕ ਪਾਸ ਆ ਗਈ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਾਵਾਂਗੇ ਤੇ ਸਾਰੀ ਡਿਟੇਲ ਲੈ ਕੇ ਦੇਵਾਂਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਗਾ ਤੇ ਘਰੇਲੂ ਕਿਸਾਨ ਆ ਤੇ ਮਤਲਬ ਆਮ ਮਤਲਬ ਪਸ਼ੂ ਰੱਖੇ ਹੋਏ ਆ ਘਰ ਹੀ ਤੇ ਦੁੱਧ ਦੇ ਲਾਏ ਹੋਏ ਹੈਗੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇੱਡੀ ਨਿਗਾਹ ਮਰਾ ਦਿੰਦੇ ਹੈਗੇ ਤੇ ਇੱਥੇ ਆ ਕੇ ਤੁਸੀਂ ਤਸੱਲੀ ਕਰਕੇ ਤੇ ਮੱਝ ਨੂੰ ਖਰੀਦ ਸਕਦੇ ਹੋਗੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਹਾਂ ਸਾਰੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਦੱਸ ਦਿਓ ਜੀ ਮੇਰਾ ਨਾਂ ਗੁਰਜੰਤ ਸਿੰਘ ਤੇ ਐਡਰੈਸ ਦੱਸ ਦਿਓ ਪਿੰਡ ਆਦਮਪੁਰਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਆਪਣੇ ਆਸੇ ਪਾਸੇ ਦੇ ਪਿੰਡ ਕਿਹੜੇ ਪੈ ਜਾਂਦੇ ਆ ਆਪਣਾ ਸਲਾਵਤਪੁਰਾ ਆ ਗਿਆ ਜੀ ਠੀਕ ਹੈ ਜੀ ਸਭ ਕਾਂਗੜ ਸੈਦੋ ਕੇ ਆ ਗਿਆ ਇੱਧਰ ਤੇ ਹਲਕੜਾ ਆ ਗਿਆ ਨਾ ਹਲਕੜੇ ਹਾਂਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਮੱਝ ਵੇਚਣੀ ਆ ਬਾਈ ਇਹ ਤੇ ਇਹਦੀ ਕੀ ਡਿਟੇਲ ਆ ਗਈ ਇਹ ਬਾਈ ਤੀਜੇ ਸੂਏ ਸੁਣਾ ਹੈ ਨੇ ਤੀਜੇ ਸੂਏ ਸੁਣਾ ਹੈਗਾ ਹਾਂਜੀ ਠੀਕ ਆ ਦੂਜੇ ਸੂਏ ਸੂਈ ਵੀ ਆ ਦੂਜੇ ਸੂਏ ਸੂਈ ਵੀ ਆ ਠੀਕ ਆ 3 ਮਹੀਨਿਆਂ ਦੀ ਗੱਭਣ ਆ ਇਹ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 5 ਮਹੀਨੇ ਹੋ ਗਏ ਬਾਈ 5 ਮਹੀਨੇ ਹੋ ਗਏ ਸੂਈ ਨੂੰ ਤੇ 3 ਮਹੀਨਿਆਂ ਦੀ ਗੱਭਣ 3 ਮਹੀਨਿਆਂ ਦੀ ਗੱਭਣ ਤੇ ਗੱਭਣ ਚੈੱਕ ਪਾਸ ਕਰਾਈ ਵੀ ਹੈ ਹਾਂਜੀ ਹਾਂ ਚੈੱਕ ਪਾਸ ਜੇ ਕਿਸੇ ਨੇ ਸੱਲੀ ਕਰਨੀ ਹੋਵੇ ਤਾਂ ਸੱਲੀ ਕਰਾ ਕੇ ਲੈ ਜਾਵੇ ਇੱਥੋਂ ਅੱਛਾ ਵੀ ਮਤਲਬ ਵੀ ਥੋੜੇ ਅੰਨੋਂ ਕਨਫਰਮ ਆ ਸਾਡੇ ਨੂੰ ਕਨਫਰਮ ਹੈ ਤੇ ਵੀ ਜੇ ਕਿਸੇ ਨੇ ਤਸੱਲੀ ਕਰਕੇ ਆਪਦੀ ਲਿਜਾਣੀ ਆ ਤੇ ਉਹ ਆਪਦਾ ਡਾਕਟਰ ਲਿਆਵੇ ਹਨਾ ਹਾਂਜੀ ਹਾਂਜੀ ਵੀ ਕਿਸੇ ਵੀ ਤਰ੍ਹਾਂ ਆਪਦੀ ਤਸੱਲੀ ਕਰਕੇ ਚੈੱਕ ਕਰਾ ਕੇ ਲਿਜਾ ਸਕਦਾ ਹਾਂ ਆਪਣੇ ਘਰੋਂ ਤਸੱਲੀ ਕਰਕੇ ਲਿਜਾਵੇ ਠੀਕ ਹੈ ਤੇ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਬਾਈ ਜੀ ਇਹਦੇ ਥੱਲੇ 8 ਕਿਲੋ ਆ ਭਾਈ ਆ ਕਈ ਵਾਰ ਘੱਟ ਵੀ ਸਕਦਾ ਹੈ ਤੇ ਵੱਧ ਵੀ ਸਕਦਾ ਹੈ ਠੀਕ ਹੈ 8 ਕਿਲੋ ਉਹ ਵੀ ਮਾੜਾ ਮੋਟਾ ਤਾਂ ਚਲੋ ਫਰਕ ਪੈ ਜਾਂਦਾ ਹਨਾ ਜਾਂਦੀ ਹੁੰਦੀ ਹਾਂ ਤੇ ਬੱਚਾ ਹੈਗਾ ਮਗਰ ਇਹਦੇ ਹਾਂਜੀ ਕੱਟੀ ਆ ਜੀ ਮਗਰ ਇਹਦੇ ਅੱਛਾ ਮਗਰ ਕੱਟੀ ਆ ਹਾਂਜੀ ਹਾਂਜੀ ਮਗਰ ਕੱਟੀ ਆ ਠੀਕ ਹੈ ਤੇ ਬਾਈ ਰੇਟ ਕੀ ਰੱਖਿਆ ਇਹਦਾ ਰੇਟ ਬਾਈ ਫੋਨ ਤੇ ਹੀ ਦੱਸ ਦਿਆਂਗੇ ਅੱਛਾ ਫੋਨ ਤੇ ਕਰੋਗੇ ਹਾਂਜੀ ਹਾਂਜੀ ਫੋਨ ਤੇ ਠੀਕ ਆ ਤੇ ਮੁੱਲ ਨੂੰ ਜਾਇਜ਼ ਹੀ ਹੋਊਗੀ ਬਾਹਲਾ ਤਾਂ ਨਹੀਂ ਹਨਾ ਹਾਂ ਹਾਂ ਜਾਇਜ਼ ਹੀ ਕਰਾਂਗੇ ਠੀਕ ਆ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹਨਾ ਹਾਂਜੀ 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 ਕੰਟੈਕਟ ਠੀਕ ਆ ਤੇ ਇੱਕ ਵਾਰ ਗੇੜਾ ਦਬਾ ਦਿਓ ਖੋਲ ਕੇ ਦਿਖਾ ਦਿਓ ਲਓ ਵੀ ਦੋਸਤੋ ਤੁਹਾਨੂੰ ਗੇੜਾ ਦਬਾ ਕੇ ਦਿਖਾ ਦਿੰਦੇ ਹਾਂ ਤੇ ਮੱਝ ਚੰਗੀ ਹੈਗੀ ਕੱਦਕਾਠ ਵੀ ਪੂਰਾ ਵਧੀਆ ਹੈਗਾ ਤੇ ਸਿੰਗਾਂ ਦੀ ਵੀ ਕੁੰਡੀ ਹੈਗੀ ਤੇ ਬਾਕੀ ਬਾਡੀ ਬਾਂਤਰ ਵੀ ਪੂਰੀ ਚੰਗੀ ਹੈਗੀ ਤੇ ਬਾਕੀ ਲੱਸੀ ਵੀ ਨਹੀਂ ਹੈਗੀ ਕੋਈ ਤੇ ਵਧੀਆ ਵਜਨ ਦੇ ਵਿੱਚ ਮੱਝ ਹੈਗੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਆਰਡਰ ਦੇਖ ਸਕਦੇ ਹੋ ਆਰਡਰ ਵੀ ਸੋਹਣਾ ਦਿਖਾਉਂਦੀ ਹੈਗੀ ਤੇ ਥਣਾਂ ਦੇ ਵਿੱਚ ਵਿੱਥੀ ਦੇਖ ਸਕਦੇ ਹੋ ਤੇ ਥਣਾਂ ਦਾ ਸਾਈਜ਼ ਵੀ ਬਹੁਤ ਸੋਹਣਾ ਹੈਗਾ ਤੇ ਇੱਕੋ ਜਿਹੇ ਥਣ ਆ ਗਏ ਤੇ ਬਾਕੀ ਪਿੱਠਪੁੜਾ ਵੀ ਚੰਗਾ ਹੈਗਾ ਪਿੱਛੋਂ ਤੁਸੀਂ ਦੇਖ ਸਕਦੇ ਹੋਗੇ ਬੰਦੇ ਤੇ ਵਜਨ ਦੇ ਵਿੱਚ ਵੀ ਪੂਰੀ ਭਾਰੀ ਹੈਗੀ ਤੇ ਆਰਡਰ ਸੋਹਣਾ ਦਿਖਾਉਂਦੀ ਹੈ ਪੂਰਾ ਤੇ ਪੂਰੀ ਸੋਹਣੀ ਮੱਝ ਹੈਗੀ ਤੇ ਬਾਕੀ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਤੇ ਬਾਈ ਨਾਲ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆ ਕੇ ਪੂਰੀ ਆਪਦੀ ਤੁਸੀਂ ਤਸੱਲੀ ਕਰਕੇ ਤੇ ਫਿਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਬਾਕੀ ਜਿਹੜੀ ਇਹਦੇ ਨਾਲ ਕੱਟੀ ਆ ਤੇ ਆਪਾਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂਗੇ ਤੇ ਆ ਕੱਟੀ ਆ ਬਈ ਠੀਕ ਆ ਕਿੰਨੀ ਇਹਦੀ ਫਿਰ ਉਮਰ 5 ਮਹੀਨੇ ਦੀ ਹੋਊਗੀ 5 ਮਹੀਨੇ ਦੀ ਉਮਰ ਹੈਗੀ ਠੀਕ ਆ ਤੇ ਇਹ ਦੋਸਤੋ ਕੱਟੀ ਆ ਨਾਲ ਕੱਟੀ ਵੀ ਸੋਹਣੀ ਹੈਗੀ ਤੇ ਬਾਕੀ ਸੇਵਾ ਦੇ ਨਾਲ ਤੇ ਕੱਟੀ ਵਧੀਆ ਬਣ ਜੂਗੀ ਤੇ ਥਣ ਥੁਣ ਵੀ ਵਧੀਆ ਵਿੱਚੀ ਤੇ ਹੈਗੇ ਤੁਸੀਂ ਦੇਖ ਸਕਦੇ ਹੋਗੇ ਤੇ ਸੇਵਾ ਦੇ ਨਾਲ ਪੂਰੀ ਵਧੀਆ ਤਿਆਰ ਹੋ ਜੂਗੀ ਇਹ ਸੋਹਣੀ ਆ ਪੂਰੀ ਕੱਟੀ ਤੇ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਜੀ 99 157 81 268 ਠੀਕ ਹੈ ਇੱਕ ਨੰਬਰ ਹੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਲਓ ਵੀ ਬਾਈ ਨੇ ਨੰਬਰ ਵੀ ਦੱਸਤਾ ਤੇ ਬਾਕੀ ਸਕਰੀਨ ਦੇ ਉੱਤੇ ਚੱਲੀ ਜਾਂਦਾ ਗਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਮੱਝ ਨੂੰ ਖਰੀਦ ਸਕਦੇ ਹੋਗੇ ਤੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੁਹਾਨੂੰ ਪਹਿਲਾਂ ਹੀ ਦੱਸਤਾ
ਤੇ ਮੱਝ ਚੰਗੀ ਹੈਗੀ ਤੇ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋਗੇ। ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਹੈ ਜੀ।